ਸਤਿ ਸ਼੍ਰੀ ਅਕਾਲ ਜੀ, ਨਾਮ ਮੇਰਾ ਸੁਰਿੰਦਰ ਸਿੰਘ ਜੀ, ਪਿੰਡ ਮੇਰਾ ਲਾਲਚੇ ਜੀ, ਡਿਸਟ੍ਰਿਕਟ ਫਿਰੋਜ਼ਪੁਰ ਜੀ। ਮੈਂ 1.5 ਸਾਲ ਪਹਿਲਾਂ ਹੀ ਡਾਕਟਰ ਅਮਨ ਸੋਧ ਨੂੰ ਮਿਲਿਆ ਜੀ, ਫਿਰੋਜ਼ਪੁਰ ਦੇ ਵਿੱਚ ਜੀ। ਉਸ ਟਾਈਮ ਮੇਰਾ ਵੇਟ ਸੀ ਜੀ 1.53 ਕਿੱਲੋ ਜੀ। ਇਸ ਟਾਈਮ ਮੇਰਾ ਵੇਟ ਘੱਟ ਗਿਆ, 83 ਕਿੱਲੋ ਵੇਟ ਘੱਟ ਗਿਆ ਜੀ। ਮੇਰਾ ਜੀ ਬਿਮਾਰੀ ਇਹ ਸੀ, ਸ਼ੂਗਰ ਅਤੇ ਸਾਹ ਦੀ ਬਿਮਾਰੀ ਸੀ, ਨਾਲ ਹੀ ਬਹੁਤ ਹੀ ਸ਼ੁਕਰਾਣੂਆਂ ਦੀ ਸੀ ਬਿਮਾਰੀ, ਜਿਹੜੀ ਸ਼ੁਕਰਾਣੂ ਘੱਟ ਸੀ। ਇਸ ਟਾਈਮ ਮੈਂ ਜਿਸ ਦਿਨ ਦੀ ਸਰਜਰੀ ਕਰਵਾਈ ਜੀ, ਮੇਰਾ ਬਹੁਤ ਹੀ ਵਧੀਆ ਜੀ, ਸ਼ੂਗਰ ਵੀ ਮੇਰੀ ਘਾਟੀ ਜੀ, ਮੈਨੂੰ ਸਾਹ ਲੈਣ ਦੀ ਬਹੁਤ ਵਧੀਆ ਲੈ ਸਕਦਾ ਜੀ, ਅਤੇ ਸ਼ੁਕਰਾਣੂ ਮੇਰੇ ਇਸ ਟਾਈਮ ਬਹੁਤ ਵਧੀਆ ਵੱਧ ਚੁੱਕੀ ਜੀ। ਮੇਰੇ ਕੋਲ ਬੇਬੀ ਹੈਗੀ ਜੀ ਇਸ ਟਾਈਮ 4 ਸਾਲ ਦੀ ਜੀ, ਅਤੇ ਬਹੁਤ ਹੀ ਵਧੀਆ ਮੇਰਾ ਤੰਦਰੁਸਤ ਸਰੀਰ ਹੈ ਜੀ। ਡਾਕਟਰ ਅਮਨ ਸੋਧ ਅਤੇ ਉਹਨਾਂ ਸਟਾਫ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ। ਡਾਕਟਰ ਪਾਪਾ ਜੀ ਆਏ ਸੀ, ਉਹਨਾਂ ਡਾਕਟਰ ਸਾਹਿਬ ਨੂੰ ਮਿਲੇ ਜੀ। ਡਾਕਟਰ ਸਾਹਿਬ ਕਹਿੰਦੇ ਜੀ ਅਸੀਂ ਤੁਹਾਡੇ ਬੱਚੇ ਨੂੰ ਬਹੁਤ ਹੀ ਖੇਚਲ ਕਰਕੇ ਬਚਾਵਾਂਗੇ ਜੀ, ਵਾਪਸ ਲਿਆਵਾਂਗੇ, ਮੋਟਾਪੇ ਤੋਂ ਪਤਲਾ ਕਰਾਂਗੇ ਜੀ। ਇਸ ਟਾਈਮ ਬਹੁਤ ਵਧੀਆ ਫਿੱਟ ਹਾਂ ਜੀ, ਤੰਦਰੁਸਤ ਹਾਂ ਬਹੁਤ ਜੀ। ਡਾਕਟਰ ਸਾਹਿਬ ਜੀ ਨੇ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਮੋੜ ਦਿੱਤਾ ਜੀ। ਡਾਕਟਰ ਸਾਹਿਬ ਅਤੇ ਉਹਨਾਂ ਦਾ ਸਟਾਫ ਨੇ ਦੇਖਭਾਲ ਬਹੁਤ ਵਧੀਆ ਕੀਤੀ ਜੀ। ਜਿਸ ਦਿਨ ਦੀ ਸਰਜਰੀ ਮੈਂ ਕਰਵਾਈ ਜੀ, ਉਸ ਦਿਨ ਦਾ ਮੈਂ ਬਹੁਤ ਵਧੀਆ ਹੀ ਤੰਦਰੁਸਤ ਹਾਂ ਜੀ। ਮੇਰੇ ਸ਼ੁਕਰਾਣੂ ਬਹੁਤ ਹੀ ਡੈੱਡ ਸੀ, ਜਿਸ ਦਿਨ ਦੀ ਸਰਜਰੀ ਕਰਵਾਈ ਮੇਰੇ ਸ਼ੁਕਰਾਣੂ ਬਹੁਤ ਵਧੀਆ ਵੱਧ ਚੁੱਕੇ ਨੇ। ਜਿਸ ਭਰਾ ਨੇ ਵੀਰ ਨੇ ਰਿਕੁਐਸਟ ਹੈ, ਸਰਜਰੀ ਕਰਵਾਓ ਅਤੇ ਆਪਦੇ ਸਰੀਰ ਨੂੰ ਤੰਦਰੁਸਤ ਬਣਾਓ ਜੀ, ਅਤੇ ਸਰਜਰੀ ਤੋਂ ਬਗੈਰ ਹੋਰ ਕੋਈ ਹੱਲ ਨਹੀਂ ਹੈਗਾ ਜੀ ਵੀਰ ਜੀ। ਡਾਕਟਰ ਸਾਹਿਬ ਮੇਰੇ ਲਈ ਰੱਬ ਜੀ, ਡਾਕਟਰ ਅਮਨ ਸੋਧ ਅਤੇ ਉਹਨਾਂ ਸਟਾਫ ਦਾ ਧੰਨਵਾਦ ਕਰਦਾ ਜੀ।